ਹਾਂਜੀ ਦੋਸਤੋ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ, ਸਾਡੇ ਪੇਜ 'ਤੇ। ਅਤੇ ਲਓ ਦੋਸਤੋ, ਹਾਜ਼ਰ ਸੀ ਆ ਫਿਰ ਲੈ ਕੇ ਤੁਹਾਡੇ ਵਾਸਤੇ ਜਾਣਕਾਰੀ ਅਤੇ ਜਾਣਕਾਰੀ 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 ਹੈ ਦੋਸਤੋ। ਜਾਣਕਾਰੀ ਕਾਫੀ ਤਰ੍ਹਾਂ ਦੀ ਜਾਣਕਾਰੀ ਆ। ਜਾਣਕਾਰੀ ਦੇ ਵਿੱਚ ਅੱਜ ਗੱਲ ਕਰਾਂਗੇ ਵੀ ਇੱਕ ਤਾਂ ਜਿਹੜਾ 3 ਸਾਲ ਦਾ ਜਿਹੜਾ ਰੈਜੀਡੈਂਸ ਪਰਮਿਟ ਆ, ਜਿਹੜੀ ਵੀ ਗੱਲ ਉੱਡੀ ਵੀ ਆ, ਉਹਦੇ ਬਾਰੇ ਦੱਸਾਂਗੇ ਇੱਥੋਂ ਦਾ, ਇਟਲੀ ਦੇ 3 ਸਾਲ ਦੇ ਪੇਪਰ। ਅਤੇ ਨਾਲ ਹੀ ਗੱਲ ਕਰਾਂਗੇ ਅੰਬੈਸੀ ਦੀ, ਅਤੇ ਨਾਲ ਹੀ ਗੱਲ ਕਰਾਂਗੇ ਲੱਗੇ ਹੋਏ ਵੀਜ਼ੇ, ਜਿਹੜੇ ਤਾਜ਼ਾ ਅਪਡੇਟ ਵੀਜ਼ਿਆਂ ਦੀ ਆਈ ਆ। ਅਤੇ ਨਾਲ ਹੀ ਗੱਲ ਕਰਾਂਗੇ ਏਜੰਟਾਂ ਦੀ, ਜਿਹੜੇ ਜਿਨ੍ਹਾਂ ਨੇ ਪੇਪਰ ਭਰਵਾਏ ਹੋਏ ਆ ਇਸ ਸਾਲ, ਵੀ ਏਜੰਟ ਕੀ ਕਰ ਰਹੇ ਆ, ਕੀ ਬੋਲ ਰਹੇ ਆ। ਅਤੇ ਵੀਡੀਓ ਦੇ ਜਾਣ ਤੋਂ ਪਹਿਲਾਂ ਦੋਸਤੋ, ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਨਾਲ ਘੰਟੀ ਵਾਲੇ ਬਟਨ ਨੂੰ ਆਲ 'ਤੇ ਕਰ ਲਓ ਕਲਿੱਕ, ਤਾਂ ਕਿ ਆਉਣ ਵਾਲੀ ਹਰ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਅਤੇ ਨਾਲ ਹੀ ਆਪਣਾ ਫੇਸਬੁੱਕ ਪੇਜ ਆ ਇਟਾਲੀਅਨ ਬੋਇਸ, ਉਹਨੂੰ ਵੀ ਕਰ ਲਓ ਲਾਈਕ। ਅਤੇ ਚੱਲਦੇ ਹਾਂ ਦੋਸਤੋ, ਗੱਲ ਕਰਦੇ ਹਾਂ ਪਹਿਲਾਂ, ਸਭ ਤੋਂ ਪਹਿਲਾਂ ਵੀ ਬੜੀ ਗੱਲ ਜੀ ਉੱਡੀ ਵੀ ਆ, ਬਹੁਤ ਯੂਟਿਊਬਰ ਦੱਸ ਰਹੇ ਆ 3 ਸਾਲ ਦਾ ਰੈਜੀਡੈਂਸ ਪਰਮਿਟ, 3 ਸਾਲ ਦਾ ਕਾਰਡ ਇਟਲੀ ਦਾ ਮਿਲ ਰਿਹਾ। 3 ਸਾਲ ਦਾ ਕਾਰਡ ਦੋਸਤੋ, ਹਜੇ ਗੱਲ ਗੌਰਮੈਂਟ ਦੇ ਅੰਡਰ ਆ, ਗੌਰਮੈਂਟ ਦੇ ਉਹਦੇ ਵਿੱਚ ਚੱਲ ਰਹੀ ਆ, ਬੈਠਕ ਦੇ ਵਿੱਚ ਗੱਲ ਹੋਈ ਆ, ਇਹ ਗੌਰਮੈਂਟ ਦੀ ਬੈਠਕ ਦੇ ਵਿੱਚ ਬਈ ਜਿਹੜੇ ਯੂਕਰੇਨ ਤੋਂ ਆਉਣਗੇ ਇਟਲੀ ਨੂੰ, ਐਂਟਰੀ ਕਰਨਗੇ ਯੂਕਰੇਨ ਤੋਂ ਇਟਲੀ ਦੇ ਵਿੱਚ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰਵਾਸੀ, ਹੈ ਨਾ ਬਈ, ਉੱਥੋਂ ਵਕਤ ਦੇ ਮਾਰੇ ਬੰਦੇ ਜਿਹੜੇ ਇਟਲੀ 'ਚ ਐਂਟਰ ਕਰਨਗੇ, ਉਹ ਭਾਵੇਂ ਯੂਕਰੇਨੀਅਨ ਹੋਣ ਜਾਂ ਉੱਥੋਂ ਦੇ ਹੋਣ, ਜਾਂ ਇੰਡੀਅਨ ਹੋਣ, ਜਾਂ ਪਾਕਿਸਤਾਨੀ ਵੀਰ ਹੋਣ, ਜਾਂ ਬੰਗਲਾਦੇਸ਼ੀ ਹੋਣ, ਕੋਈ ਵੀ ਹੋ ਸਕਦਾ ਜਿਹੜਾ ਯੂਕਰੇਨ ਤੋਂ ਇਟਲੀ ਆਉਂਦਾ, ਉਹਨਾਂ ਨੂੰ ਗੌਰਮੈਂਟ ਇਹ 3 ਸਾਲ ਦਾ ਟੈਂਪਰੇਲੀ ਰੈਜੀਡੈਂਸ ਪਰਮਿਟ ਦੇਣ ਬਾਰੇ ਸੋਚ ਰਹੀ ਹੈ। ਅਜੇ ਕਾਨੂੰਨ ਪਾਸ ਨਹੀਂ ਹੋਇਆ, ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਵੀ ਸੋਚ ਰਹੀ ਹੈ, ਹੋ ਸਕਦਾ ਟੈਂਪਰੇਲੀ ਪਰਮਿਟ ਉਹਨਾਂ ਨੂੰ ਜਾਰੀ ਕਰਨ ਦਾ ਕਾਨੂੰਨ ਪਾਸ ਹੋ ਜਾਵੇ। ਇਹ ਆ ਅਸਲੀਅਤ ਦੋਸਤੋ ਇਸ ਖਬਰ ਦੀ, ਜਿਹੜੀ ਕਿ ਉੱਡੀ ਆ। ਅਗਲੀ ਗੱਲ ਕਰਦੇ ਹਾਂ, ਵੀਰਾਂ ਦੇ ਮੈਸੇਜ ਅਤੇ ਕਮੈਂਟ ਵੀ ਆ ਰਹੇ ਸੀਗੇ ਵੀ ਇਟਲੀ ਦੇ, ਇਟਲੀ ਅੰਬੈਸੀ ਇੰਡੀਆ ਦੇ ਫੋਨ ਨੰਬਰ ਸੈਂਡ ਕਰੋ, ਤੁਹਾਡੀ ਸਕਰੀਨ 'ਤੇ ਫੋਨ ਨੰਬਰ ਚੱਲ ਰਹੇ ਆ, ਇਹ ਦੋਵੇਂ ਅੰਬੈਸੀ ਦਾ ਵੀ ਆ, ਵੀ ਐੱਫ ਐੱਸ ਸੈਂਟਰ ਦਾ ਫੋਨ ਨੰਬਰ ਆ, ਇਹ ਤੁਸੀਂ ਨੋਟ ਕਰ ਸਕਦੇ ਆ। ਅਤੇ ਗੱਲ ਅਗਲੀ ਕਰਦੇ ਹਾਂ ਵੀ 17 ਹੋਰ ਗੱਲ ਉੱਡੀ ਸੀ ਗਰੁੱਪਾਂ 'ਚ, ਆਪਣੇ ਵਟਸਐਪ ਗਰੁੱਪਾਂ 'ਚ ਗੱਲ ਉੱਡੀ ਸੀਗੀ ਵੀ ਕਿ 17 ਮਾਰਚ ਤੋਂ ਬਾਅਦ ਪੇਪਰ ਦੁਬਾਰਾ ਖੁੱਲ੍ਹਣਗੇ। ਨਹੀਂ ਵੀਰ, ਇੱਦਾਂ ਦੀ ਕੋਈ ਗੱਲ ਨਹੀਂ ਵੀਰ ਮੇਰੇ, ਉਹ ਵੀ 17 ਮਾਰਚ ਤੋਂ ਬਾਅਦ ਪੇਪਰ ਨਹੀਂ ਖੁੱਲ੍ਹਣਗੇ, ਜਿਹੜੇ ਪੇਪਰ ਭਰੇ ਆ ਉਹ ਨਿਕਲਣੇ, ਸਟਾਰਟਿੰਗ ਪ੍ਰੋਸੈਸ ਚੱਲਣਾ ਉਹਨਾਂ ਨੂੰ ਪੇਪਰ ਨੂੰ ਕੱਢਣ ਦਾ, ਅਤੇ ਨਵੇਂ ਪੇਪਰ ਖੁੱਲ੍ਹਣ ਦੀ ਗੱਲ ਨਹੀਂ ਕਿ 17 ਮਾਰਚ ਤੋਂ ਬਾਅਦ ਹਜੇ ਕੋਈ ਚੱਲੇਗੀ। ਅਤੇ ਹੋ ਸਕਦਾ ਇਸ ਅਕਤੂਬਰ ਨਵੰਬਰ 'ਚ ਇਸੇ ਸਾਲ ਦੇ ਵਿੱਚ ਵਿੱਚ ਬਈ ਇਹ ਗੌਰਮੈਂਟ ਕਰ ਦੇਵੇ ਕੋਈ ਕਾਨੂੰਨ, ਫਿਰ ਦੁਬਾਰਾ ਲੇਜੇ ਕੱਢ ਦੇਣ, ਕਾਨੂੰਨ ਕੱਢ ਦੇਣ ਵੀ ਖੋਲ੍ਹ ਸਕਦੀ ਹੈ ਦੁਬਾਰਾ ਗੌਰਮੈਂਟ ਪੇਪਰ। ਅਤੇ ਪਰ ਹਜੇ ਤੱਕ ਕੋਈ ਇਹਨਾਂ ਦੀ ਦੁਬਾਰਾ ਖੋਲ੍ਹਣ ਦੀ ਖਬਰ ਨਹੀਂ ਗੀ ਸਾਹਮਣੇ ਆਈਗੀ। 17 ਮਾਰਚ ਤੋਂ ਬਾਅਦ ਪੇਪਰ ਇਹਨਾਂ ਨੇ ਕੱਢਣ ਲੱਗਣੇ ਆ ਜਿਹੜੇ ਸਾਲ ਭਰਾਏ ਹੋਏ ਆ, ਸੋ ਇਹ ਜਿਹੀਆਂ ਅਫਵਾਹਾਂ ਤੋਂ ਬਚਿਆ ਕਰੋ। ਅਤੇ ਮੇਰੇ ਵੀਰ ਦਾ ਇੱਕ ਦੋਵਾਂ ਦੇ ਮੈਸੇਜ ਆਏ ਸੀ ਕਿ ਭਾਅ ਜੀ ਆਹ ਕੀ ਚੱਕਰ ਆ ਵੀ ਸਾਨੂੰ, ਅਸੀਂ ਪੇਪਰ ਭਰਵਾਏ ਹੋਏ ਆ ਅਤੇ ਏਜੰਟ ਜਿਹਤੋਂ ਪੇਪਰ ਭਰਵਾਏ ਹੋਏ ਆ ਉਹ ਪੈਸੇ ਮੰਗ ਰਹੇ ਆ। ਅਤੇ ਉਹ ਵੀਰ ਨੇ ਦੱਸਿਆ ਵੀ ਅਸੀਂ ਪਾਸਪੋਰਟ ਵੀ ਓਰੀਜਨਲ ਦੇਤੇ ਆ, ਓਰੀਜਨਲ ਪਾਸਪੋਰਟ ਵੀ ਦੇਤੇ ਆ। ਵੀਰ ਦਾ ਮੈਂ ਨਾਮ ਤਾਂ ਨਹੀਂ ਲੈਣਾ ਚਾਹੁੰਦਾ, ਇੱਕ ਨਹੀਂ ਇਹ ਮੈਨੂੰ 3-4 ਵੀਰਾਂ ਦੇ ਮੈਸੇਜ ਆਏ ਆ। ਮੈਂ ਯਾਰ ਭਰਾ ਮੇਰੇ, ਮੈਂ ਪਹਿਲਾਂ ਹੀ ਜਦੋਂ ਦੀਆਂ ਇਹ ਵੀਡੀਓ ਬਣਾਉਣ ਲੱਗਿਆ ਨਾ ਇਮੀਗ੍ਰੇਸ਼ਨ ਦੀਆਂ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਹਰੇਕ ਵੀਡੀਓ ਤਕਰੀਬਨ ਦੱਸਿਆ ਪਿਆ ਸੀਗਾ ਵੀ ਜਿਹੜੇ ਇਟਲੀ ਦੇ ਪੇਪਰ ਭਰਨ ਵਾਸਤੇ ਨਾ ਤਾਂ ਆਪਾਂ ਨੂੰ ਓਰੀਜਨਲ ਪਾਸਪੋਰਟ ਦੇਣਾ ਪੈਂਦਾ, ਅਤੇ ਨਾ ਹੀ ਆਪਦਾ ਕੋਈ ਉਹ ਕੁਛ ਕਰਨਾ ਪੈਂਦਾ, ਬਸ ਇੱਕ ਸਿਕਿਉਰਿਟੀ ਰੱਖਦੇ ਹੁੰਦੇ ਆ ਏਜੰਟ ਜਿਹੜੇ ਹੁੰਦੇ ਆ ਵੀ ਸਿਕਿਉਰਿਟੀ, ਜਾਂ ਤੁਸੀਂ ਜੇ ਤੁਹਾਥੋਂ ਐਡਵਾਂਸ ਪੈਸੇ ਲੈ ਲਿਆ 50,000 ਲੱਖ ਰੁਪਈਆ, ਉਹ ਸਿਕਿਉਰਿਟੀ ਹੁੰਦੀ ਆ ਵੀ ਕੱਲ੍ਹ ਨੂੰ ਪੇਪਰ ਨਿਕਲਣ ਤੁਸੀਂ ਭੱਜੋ ਨਾ, ਵੀ ਬੰਦੇ ਦਾ ਜਿਹੜਾ ਖਰਚਾ ਹੋਇਆ ਹੁੰਦਾ ਉਹ ਵਾਪਸ ਉਹ ਦਾ ਕੋਈ ਚੱਕਰ ਨਾ ਪਵੇ। ਅਤੇ ਉਹ ਜਿਹੜਾ ਪਾਸਪੋਰਟ ਆ, ਉਹ ਮੇਰੇ ਇੱਕ ਵੀਰ ਦੱਸੇ ਪਾਸਪੋਰਟ, ਉਹ ਕਹਿੰਦੇ ਵੀ ਏਜੰਟ ਕਹਿੰਦਾ ਵੀ ਪਾਸਪੋਰਟ ਤੁਹਾਡਾ ਇਟਲੀ ਭੇਜਤਾ, ਦੱਸੋ ਭਰਾ ਭਲੇ ਮਾਨਸੋ ਵੀ ਇਟਲੀ 'ਚ ਪਾਸਪੋਰਟ ਤੋਂ ਕੀ ਕਰਾਉਣਾ, ਪਾਸਪੋਰਟ ਚਾਹੀਦਾ ਇੰਡੀਆ ਆਪਾਂ ਨੂੰ ਵੀਜ਼ਾ ਲਵਾਉਣ ਵਾਸਤੇ ਅੰਬੈਸੀ ਦੇ ਵਿੱਚ ਇੰਡੀਆ, ਹੈ ਨਾ। ਐਵੇਂ ਜਿਹੀਆਂ ਪਤਾ ਨਹੀਂ ਕੀ ਕਰਦੇ ਏਜੰਟ ਕੀ ਨਹੀਂ, ਵੀ ਪਾਸਪੋਰਟ ਤੁਹਾਡਾ ਇਟਲੀ ਭੇਜਤਾ ਦੱਸੋ,
ਇਟਲੀ ਮਾਲਕ ਨੇ ਮੰਗਿਆ ਪਾਸਪੋਰਟ, ਮਾਲਕ ਨੇ ਪਾਸਪੋਰਟ ਦਾ ਕੀ ਚਾਰ ਪਾਉਣਾ ਇੱਥੇ, ਪਾਸਪੋਰਟ ਤਾਂ ਤੁਸੀਂ ਖੁਦ ਲਵਾ ਕੇ ਵੀਜ਼ਾ ਅੰਬੈਸੀ ਤੋਂ ਅਤੇ ਫੇਰ ਆਉਣਾ। ਸੋ ਜਿਹੜੇ ਪੈਸੇ ਮੰਗ ਰਹੇ ਆ ਦੋਸਤੋ, ਬਈ ਗੱਲ ਤੁਹਾਡੀ ਅਤੇ ਤੁਹਾਡੇ ਏਜੰਟ ਦੀ ਹੈ ਜਿਹਦੇ ਨਾਲ ਤੁਸੀਂ ਗੱਲ ਕੀਤੀ ਹੈ, ਇਹ ਤੁਸੀਂ ਹੁਣ ਵੇਖ ਲਓ ਵੀ ਜੇ ਤਾਂ ਜ਼ਿਆਦਾ ਕੋਈ ਚੱਕਰ ਹੈਗਾ ਤੁਹਾਡਾ ਖਾਸ ਹੀ ਬੰਦਾ ਵੀ ਪੈਸੇ ਮੰਗ ਰਿਹਾ, ਪੈਸੇ ਵੈਸੇ ਮੰਗਣੇ ਨਹੀਂ ਚਾਹੀਦੇ। ਜੇ ਤੁਹਾਡੀ ਪਹਿਲਾਂ ਹੀ ਗੱਲ ਹੋਈ ਵੀ ਹੈ ਤਾਂ ਤੁਸੀਂ ਉਹਦਾ ਠੋਕ ਕੇ ਗੱਲ ਕਰੋ ਅਗਲੇ ਨਾਲ, ਬਈ ਜਿਹਦੇ ਪੇਪਰ ਨਿਕਲਣਗੇ ਉਦੋਂ ਜਿਵੇਂ ਜਿਵੇਂ ਗੱਲ ਹੋਈ ਹੈ ਉਵੇਂ ਉਵੇਂ ਕਰੋ। ਅਤੇ ਹੁਣ ਜੇ ਪਹਿਲਾਂ ਹੀ ਮੰਗ ਰਹੇ ਪੈਸੇ, ਹਜੇ ਤਾਂ ਪੇਪਰ ਮਤਲਬ ਨਿਕਲਣੇ ਸ਼ੁਰੂ ਨਹੀਂ ਹੋਏ, 17 ਮਾਰਚ ਤੋਂ ਬਾਅਦ ਕਦੇ ਪ੍ਰੋਸੈਸ ਚੱਲਣਾ ਪੇਪਰ ਨਿਕਲਣ ਦਾ, ਅਤੇ ਹੁਣੇ ਉਹਨਾਂ ਨੇ ਪੁੱਛਾਂ ਚੱਕ ਲਈਆਂ ਇਹੋ ਜਿਹੇ ਏਜੰਟ ਨੇ। ਸੋ ਮੇਰੇ ਵੀਰ ਆਪਦਾ ਆਪਦਾ ਧਿਆਨ ਨਾਲ ਚੱਲਿਓ ਇਸ ਕੰਮ ਦੇ ਵਿੱਚ। ਅਤੇ ਅਗਲੀ ਅਪਡੇਟ ਜਿਹੜੇ 17 ਦੇ ਹੋ ਗਏ, ਆਹ ਬੀਜੇ ਅੱਜ ਦੀ ਮੇਨ ਖੁਸ਼ਖਬਰੀ ਵੀ ਆ। ਅੱਜ ਜਦੋਂ ਤੱਕ ਵੀਡੀਓ ਤੁਸੀਂ ਵੇਖਣੀ ਹੈ, ਕੱਲ੍ਹ ਹੋ ਜਾਣਾ, ਕੱਲ੍ਹ ਜਿਹੜਾ ਲੰਘਿਆ 7 ਤਰੀਕ ਨੂੰ, 7 ਤਰੀਕ ਨੂੰ ਜਿਹੜੇ ਵੀਜੇ ਡਿਸਪੈਚ ਹੋਏ ਅੰਬੈਸੀ ਤੋਂ, ਤੁਹਾਡੇ ਸਾਹਮਣੇ ਮੈਂ ਫੋਟੋ ਵੀ ਇੱਕ ਸ਼ੇਅਰ ਕਰ ਰਿਹਾ ਵੀ ਅੰਬੈਸੀ ਨੇ ਵੀਜ਼ਾ ਲਾ ਕੇ ਪਾਸਪੋਰਟ ਡਿਸਪੈਚ ਕਰਤਾ ਮੇਰੇ ਵੀਰ ਦਾ। ਇੱਕ ਨਵੀਂ ਅਪਡੇਟ ਆਈ ਸੀਗੀ, ਅਤੇ ਇਹ ਅਪਡੇਟ ਦੋਸਤੋ ਉਹੀ ਆ ਜਿਹੜੀ ਕਿ ਆਪਾਂ ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ। ਜਿਹੜੇ ਇਹ ਵੀਰ ਦਾ ਕੇਸ ਵੀ 5 ਸਾਢੇ 5 ਮਹੀਨੇ ਹੋ ਗਏ ਸੀਗੇ ਫਸਿਆ ਹੋਇਆ ਸੀਗਾ। ਸੋ ਅੱਜ ਉਹਦਾ ਪਾਸਪੋਰਟ, ਪਿਛਲੇ ਹਫ਼ਤੇ ਆਪਾਂ ਗੱਲ ਕੀਤੀ ਸੀ ਇਹ ਵੀਰ ਨਾਲ, ਅਤੇ ਅੱਜ ਉਹਦਾ ਪਾਸਪੋਰਟ ਡਿਸਪੈਚ ਹੋ ਗਿਆ ਸੋਮਵਾਰ ਦੇ ਸੋਮਵਾਰ। ਸੋ ਜਿਹੜੇ ਮੇਰੇ ਵੀਰਾਂ ਦੇ ਪਾਸਪੋਰਟ ਪੁਰਾਣੇ ਆ, ਵੀ ਨਹੀਂ ਨਿਕਲਣ ਦਾ ਚਾਂਸ ਕੋਈ ਦਿਸ ਰਿਹਾ, ਵੀ ਪੁਰਾਣੇ ਵੇਟ ਕਰੀ ਜਾ ਰਹੇ ਆ, ਅਤੇ ਮੈਂ ਫਿਰ ਕਹਿੰਦਾ ਵੀ ਆ ਸਕਰੀਨ 'ਤੇ ਤੁਹਾਡੇ ਨੰਬਰ ਚੱਲ ਰਿਹਾ, ਇਹ ਨੰਬਰ 'ਤੇ ਕੰਟੈਕਟ ਕਰੋ ਅਤੇ ਆਪਣੇ ਪਾਸਪੋਰਟ ਦੀ ਫੋਟੋ ਕਾਪੀ ਅਤੇ ਆਪਣਾ ਜਿਹੜਾ ਰਸੀਦ ਆ ਜਿਹੜੀ ਅੰਬੈਸੀ ਵਾਲੀ ਉਹ ਸੈਂਡ ਕਰ ਦਿਓ, ਕਿਉਂਕਿ ਇਹ ਫਾਈਲਾਂ ਜਿਹੜੀਆਂ ਦੱਬੀਆਂ ਰਹਿ ਜਾਂਦੀਆਂ, ਇਹ ਦੱਬੀਆਂ ਰਹਿ ਜਾਂਦੀਆਂ, ਕਿਉਂ ਹੁਣ ਆਪਾਂ ਵੀਜ਼ੇ ਆ ਰਹੇ ਆ ਜਨਵਰੀ ਫਰਵਰੀ ਦੇ ਵੀਜ਼ੇ ਅੰਬੈਸੀ ਕੱਢ ਰਹੀ ਆ, ਅਤੇ ਪਰ ਪਿਛਲੀਆਂ ਜਿਹੜੀਆਂ ਫਾਈਲਾਂ ਪਿਛਲੇ ਕੱਢਣੇ ਪੇਪਰ ਉਹਨਾਂ ਨੇ ਕੱਢਤੇ ਆ ਅਤੇ ਵੀਜ਼ੇ ਜਾਰੀ ਕਰਤੇ ਆ, ਜਿਹੜੀਆਂ ਫਾਈਲਾਂ ਦੱਬੀਆਂ ਰਹੀਆਂ ਕਿਸੇ ਕਾਰਨ ਕਰਕੇ, ਅਤੇ ਉਹਨਾਂ ਨੂੰ ਸਰਕਾਰੀ ਕੰਮਾਂ 'ਚ ਕੌਣ ਹੱਥ ਪਾਉਂਦਾ, ਹੁਣ ਅਗਲਾ ਕੰਮ ਜਿਹੜੇ ਨਵੇਂ ਕੰਮ ਆ ਉਹਨਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਆ। ਸੋ ਸਭ ਕੁਛ ਚੱਲੀ ਜਾਂਦਾ ਇੰਡੀਆ, ਜੇ ਮੇਰੇ ਵੀਰ ਨੇ ਕਿਸੇ ਨੂੰ ਜ਼ਰੂਰਤ ਆ ਵੀ ਕੰਮ ਕਰਵਾਉਣਾ, ਤੁਹਾਡੇ ਸਕਰੀਨ 'ਤੇ ਨੰਬਰ ਚੱਲ ਰਿਹਾ, ਮੈਂ ਇਹਦੇ 'ਤੇ ਫੋਟੋ ਕਾਪੀ ਪਾਸਪੋਰਟ ਦੀ ਅਤੇ ਰਸੀਦ ਸੈਂਡ ਕਰ ਦਿਓ ਜੀ। ਅਤੇ ਨਾਲ ਹੀ ਤੁਸੀਂ ਸਕਰੀਨ 'ਤੇ ਅੱਗੇ ਹੋਰ ਵੇਖ ਰਹੇ ਹਾਂ ਕੈਨੇਡਾ ਦਾ ਲੱਗਿਆ ਹੋਇਆ ਤਾਜ਼ਾ ਅਤੇ ਫਰੈਸ਼ ਵੀਜ਼ਾ, ਟੂਰਿਸਟ ਵੀਜ਼ਾ ਕੈਨੇਡਾ ਦਾ, ਅਤੇ ਇਟਲੀ ਦਾ ਵੀਜ਼ੇ ਦੀ ਵੀ ਅਪਡੇਟ ਆ ਰਹੀ ਹੈ, ਇਟਲੀ ਦੇ ਵੀਜ਼ੇ ਟੂਰਿਸਟ ਆ ਉਹ ਲੱਗ ਰਹੇ ਆ। ਅਤੇ ਉਹਦੇ ਵਾਸਤੇ ਵੀ ਜੇ ਕਿਸੇ ਮੇਰੇ ਵੀਰ ਨੇ ਕੰਟੈਕਟ ਕਰਨਾ, ਤੁਹਾਡੀ ਸਕਰੀਨ 'ਤੇ ਨੰਬਰ ਚੱਲ ਰਿਹਾ, ਇੰਡੀਆ ਹੀ ਆ ਮੇਰਾ ਬ੍ਰਦਰ, ਉਹ ਇਹ ਕੰਮ ਕਰਦਾ ਟੂਰਿਸਟ ਵੀਜ਼ਿਆਂ ਦਾ, ਜਿਹੜੀ ਕੰਟਰੀ ਦਾ ਜਦੋਂ ਤੁਸੀਂ ਕਹੋਗੇ, ਠੀਕ ਆ। ਬਾਕੀ ਪੇਮੈਂਟ ਆ ਜਿਹੜੀ ਉਹ ਔਨ ਅਰਾਈਵਲ ਆ, ਜਦੋਂ ਬੰਦਾ ਪਹੁੰਚ ਗਿਆ ਜਿਹੜੀ ਕੰਟਰੀ 'ਚ, ਅਤੇ ਔਨ ਅਰਾਈਵਲ ਪੇਮੈਂਟ ਆ, ਅਤੇ ਕੰਟੈਕਟ ਕਰ ਸਕਦੇ, ਤੁਹਾਡੇ ਸਾਹਮਣੇ ਨੰਬਰ ਚੱਲ ਰਿਹਾ। ਅਤੇ ਪਿਛਲੀ ਵੀਡੀਓ 'ਚ ਮੈਂ ਮਾਫੀ ਮੰਗਦਾ ਵੀ ਸੋਰੀ ਮੰਗਦਾ, ਪਿਛਲੀ ਵੀਡੀਓ 'ਚ ਮੇਰੇ ਤੋਂ ਨੰਬਰ ਇੱਕ ਗਲਤ ਦਿੱਤਾ ਗਿਆ ਸੀਗਾ, ਨੰਬਰ 1 ਦੀ ਹੇਰਾਫੇਰੀ ਹੋ ਗਈ, 97 89 ਲਿਖਣਾ ਸੀ, 97 ਲਿਖਤਾ, ਨਾਇਆ ਮੂਰੇ ਲਿਖਿਆ ਗਿਆ ਸੀਗਾ, ਅਤੇ ਉਹ ਬਹੁਤ ਵੀਰਾਂ ਦੇ ਮੈਸੇਜ ਆਏ ਵੀ ਨੰਬਰ ਭਾਈ ਤੁਸੀਂ ਗਲਤ ਦਿੱਤਾ, ਸੋ ਉਹਦੇ ਵਾਸਤੇ ਸੋਰੀ ਆ। ਅਤੇ ਇਹ ਸੀਗੀ ਅੱਜ ਦੀ ਅਪਡੇਟ, ਅਤੇ ਬਾਕੀ ਹੋਰ ਦੋਸਤੋ ਤੁਹਾਨੂੰ ਪਤਾ ਹੀ ਹੈ ਮਹਿੰਗਾਈ, ਇਟਲੀ ਦੀ ਮਹਿੰਗਾਈ ਨੇ ਤਾਂ ਲੱਕ ਤੋੜਿਆ ਪਿਆ। ਜਿਹੜਾ ਪੈਟਰੋਲ ਦਾ ਰੇਟ ਸੀਗਾ, ਪੈਟਰੋਲ ਦਾ ਰੇਟ 1.5 ਯੂਰੋ ਤੋਂ ਅਤੇ 2 ਯੂਰੋ ਤੱਕ, 2 ਯੂਰੋ ਟੱਪ ਗਿਆ ਅੱਜ ਦੀ ਡੇਟ 'ਚ, ਅਤੇ ਹੋ ਸਕਦਾ ਕਹਿੰਦੇ ਵੀ ਇਹ 5 ਯੂਰੋ ਤੱਕ ਪਹੁੰਚ ਜਾਵੇ। ਸੋ ਮੇਰੇ ਵੀਰ ਜਿਹੜੇ ਇਟਲੀ ਵਾਲੇ ਆ ਉਹ ਥੋੜ੍ਹਾ ਜਿਹਾ ਹਿਸਾਬ ਨਾਲ ਡਰਾਈਵਿੰਗ ਕਰੋ, ਅਤੇ ਜੇ ਪੈਸੇ ਪੈਟਰੋਲ ਦਾ ਤੁਹਾਨੂੰ ਪਤਾ ਵੀ ਲੱਗਣਾ, ਜੇ ਕਿਸੇ ਨੂੰ ਸਟੋਕ ਮਾਰਕੀਟ ਦੇ ਵਿੱਚ ਇੰਟਰਸਟ ਹੈਗਾ, ਠੀਕ ਆ, ਉਹ ਇਹਨਾਂ ਚੀਜ਼ਾਂ ਦਾ ਫਾਇਦਾ ਉਠਾ ਸਕਦਾ, ਵਧਦੀ ਮਹਿੰਗਾਈ ਦਾ ਫਾਇਦਾ ਉਠਾ ਸਕਦਾ। ਹਰੇਕ ਵਧਦੀ ਮਹਿੰਗਾਈ ਦੇ ਨਾਲ ਤੁਸੀਂ ਸਟੋਕ ਮਾਰਕੀਟ ਵਿੱਚ ਥੋੜ੍ਹਾ ਥੋੜ੍ਹਾ ਪੈਸਾ ਜਾਂ 50 100 ਯੂਰੋ ਲਾ ਕੇ, ਅਤੇ ਉਹਨਾਂ ਤੁਹਾਡਾ ਮਹਿੰਗਾਈ ਦਾ ਅਸਰ ਨਹੀਂ ਪੈਣਾ ਜਿੰਨੇ ਤੁਸੀਂ ਉੱਧਰੋਂ ਕਮਾ ਲੈਣੇ ਆ। ਇਹਦੇ 'ਤੇ ਮੈਂ ਇੱਕ ਵੀਡੀਓ ਵੀ ਛੋਟੀ ਜਿਹੀ ਬਣਾਈ ਹੈ, ਟਿਕਟੋਕ 'ਤੇ ਮੇਰੇ ਚੱਲ ਰਹੀ ਹੋਣੀ ਆ, ਅਤੇ ਆਪਾਂ ਕਿਵੇਂ ਪੈਸਾ ਕਮਾ ਸਕਦੇ ਹਾਂ। ਬਾਕੀ ਆ ਜਿਹੜੀ ਯੂਕਰੇਨ ਦੀ ਅਤੇ ਇੱਥੋਂ ਦੀ ਵਾਰ ਚੱਲ ਰਹੀ ਆ, ਇਹਦੇ 'ਚ ਚਲੋ ਇਹ ਤਾਂ ਮੁਲਕਾਂ ਦੀ ਗੱਲ ਹੁੰਦੀ ਆ, ਹੁਣ ਕਿਸੇ ਦਾ ਆਪਾਂ ਮੁਲਕਾਂ ਦੀ ਇੰਨੀ ਵੱਡੀ ਪਹੁੰਚ ਤਾਂ ਆਪਣੀ ਹੈ ਨਹੀਂ ਗੀ ਵੀ ਸਮਝ ਸਕੀਏ। ਸੋ ਇਹਦਾ ਪੇਪਰਾਂ 'ਤੇ ਮੇਰੇ ਵੀਰ ਪੁੱਛਦੇ, ਪੇਪਰਾਂ 'ਤੇ ਕੋਈ ਅਸਰ ਨਹੀਂ ਪੈਣਾ ਗਾ, ਪੇਪਰਾਂ 'ਤੇ ਕੋਈ ਅਸਰ ਨਹੀਂ,
ਬਾਕੀ ਕਈ ਮੇਰੇ ਵੀਰਾਂ ਦੇ ਜਿਹੜੇ ਮੈਸੇਜ ਕਮੈਂਟ ਉਹਦੇ ਬੰਦੇ ਜਿਹੜੇ ਉੱਥੋਂ ਆਉਂਦੇ ਆ, ਪਹਿਲਾਂ ਉਹਨਾਂ ਨੂੰ ਪਹਿਲ ਦਿਓ ਗੌਰਮੈਂਟ, ਨਹੀਂ ਇੱਦਾਂ ਕੋਈ ਨਹੀਂ ਹੁੰਦਾ, ਉਹਨਾਂ ਨੂੰ ਸ਼ਰਨ ਦੇ ਰਹੀ ਆ, ਸ਼ਰਨਾਰਥੀ ਆਉਣੇ ਆ ਮੇਰੇ ਵੀਰ ਉਧਰੋਂ ਵਕਤ ਦੇ ਮਾਰੇ, ਉਹਨਾਂ ਨੂੰ ਹਰੇਕ ਮੁਲਕ ਦਾ ਫਰਜ਼ ਬਣਦਾ ਵੀ ਸ਼ਰਨ ਚਾਦੀ ਚ ਰੱਖਣਾ, ਅਤੇ ਉਹ ਮੈਂ ਪਹਿਲਾਂ ਦੱਸ ਕੇ ਹਟਿਆ ਵੀ ਉਹਨਾਂ ਨੂੰ ਗੌਰਮੈਂਟ ਸੋਚ ਰਹੀ ਆ ਵੀ 3-3 ਸਾਲ ਦਾ ਟੈਂਪਰੇਰੀ ਵਰਕ ਨਹੀਂ ਟੈਂਪਰੇਰੀ ਰੈਜੀਡੈਂਸ ਆ, ਮਤਲਬ ਰਿਹਾਇਸ਼ ਦਾ ਉਹਨਾਂ ਨੂੰ ਕਾਰਡ ਦੇਣਗੇ ਜਿਹੜੇ ਉਧਰੋਂ ਆ ਰਹੇ ਆ, ਅਤੇ ਬਾਕੀ ਉਹਨਾਂ ਦਾ ਤੁਹਾਡੇ ਪੇਪਰਾਂ 'ਤੇ, ਇੰਡੀਆ ਤੋਂ ਆਉਣ ਵਾਲੇ ਪੇਪਰਾਂ 'ਤੇ ਕੋਈ ਅਸਰ ਨਹੀਂ ਪੈਣਾ ਗਾ, ਅਤੇ ਇੰਡੀਆ ਤੋਂ ਤਾਂ ਬਸ ਜਿਹੜੇ ਬੰਦੇ ਜਿਵੇਂ ਸਰਕਾਰ ਨੇ ਪੇਪਰ ਖੋਲ੍ਹੇ ਆ, ਜਿਵੇਂ ਜਿਵੇਂ ਡਿਮਾਂਡ ਆ ਮੰਗ ਆ, ਅਤੇ ਉਹ ਆ ਹੀ ਜਾਣੇ ਆ, ਅਤੇ ਬਾਕੀ ਹੋਰ ਕੋਈ ਨਵੀਂ ਤਾਜ਼ੀ ਹਜੇ ਅਪਡੇਟ ਹੈ ਨਹੀਂ, ਜਦੋਂ ਹੋਈ ਦੋਸਤੋ ਤੁਹਾਡੇ ਨਾਲ ਲੈ ਕੇ ਅਤੇ ਆਪਾਂ ਸ਼ੇਅਰ ਕਰ ਦਿਆਂਗੇ। ਸੋ ਅੱਜ ਦੀ ਵੀਡੀਓ ਸੀ ਇੰਨੀ ਕੁ, ਚੰਗੀ ਲੱਗੀ ਤਾਂ ਲਾਈਕ ਤਾਂ ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਹਾਂ, ਟੂਰਿਸਟ ਵੀਜ਼ੇ ਬਾਰੇ ਮੈਂ ਕਹਿਣਾ ਭੁੱਲ ਗਿਆ, ਟੂਰਿਸਟ ਵੀਜ਼ੇ ਜਿਹੜੇ ਉਹ ਸਟਾਰਟਿੰਗ ਉਹਨਾਂ ਦੀ ਹੋ ਚੁੱਕੀ ਆ, ਬਹੁਤ ਵਧੀਆ ਆ ਰਹੀ ਆ, ਅਤੇ ਉਹ ਜਿਹੜੇ ਮੇਰੇ ਵੀਰਾਂ ਨੇ ਟੂਰਿਸਟ ਵੀਜ਼ੇ ਲੋਕੋ ਅਤੇ ਆਵਾਂ ਇਟਲੀ ਤੋਂ, ਇੰਡੀਆ ਤੋਂ ਇਟਲੀ, ਅਤੇ ਉਹਨਾਂ ਵਾਸਤੇ ਗੌਰਮੈਂਟ ਨੇ ਜਾਰੀ ਕੀਤਾ ਫਰਮਾਨ ਵੀ ਜਿਹੜੇ ਇੱਥੋਂ ਦੀ ਵੈਕਸੀਨ ਜਿਹੜੀ ਲੱਗੀ, ਟੀਕੇ ਲੱਗੇ ਵੇ ਟੀਕੇ ਆ ਇਟਲੀ ਤੋਂ ਮਨਜ਼ੂਰਸ਼ੁਦਾ ਟੀਕੇ ਲੋਕ ਲਗਵਾ ਕੇ ਫਿਰ ਹੀ ਆਉਣ। ਇਹਦੀ ਫੁੱਲ ਡਿਟੇਲ ਪੂਰੀ ਜਾਣਕਾਰੀ ਜਿਹੜੇ ਮੇਰੇ ਵੀਰ ਨੇ ਟਿਕਟਾਂ ਜਿੱਥੋਂ ਕਰਾਈਆਂ ਟਿਕਟ ਏਜੰਸੀ ਤੋਂ, ਉਹ ਤੁਹਾਨੂੰ ਸਾਰਾ ਕੁਝ ਦੱਸਣਗੇ ਵੀ ਕਿਹੜੀ ਵੈਕਸੀਨ ਚਾਹੀਦੀ ਹੈ, ਕੀ ਕੁਝ ਚਾਹੀਦਾ ਤੁਹਾਨੂੰ ਟਰੈਵਲ ਕਰਨ ਵਾਸਤੇ, ਉਹ ਮੇਰੇ ਵੀਰ ਆਪਦਾ ਏਜੰਸੀਆਂ ਨਾਲ ਕੰਟੈਕਟ ਕਰ ਲੈਣ। ਸੋ ਮਿਲਦੇ ਹਾਂ ਅਗਲੀ ਵੀਡੀਓ 'ਚ, ਤਦ ਤੱਕ ਦਿਓ ਆਗਿਆ, ਸਤਿ ਸ਼੍ਰੀ ਅਕਾਲ।